ਆਪਣੇ ਬੇਟੇ ਸ਼ਰਨਜੀਤ ਜੀ ਧੰਨਵਾਦ ਕਰਾਂਗੀ ਬਹੁਤ ਬਹੁਤ, ਜਿਨ੍ਹਾਂ ਨੇ ਮੈਨੂੰ ਜ਼ਮੀਨ ਤੇ ਪਈ ਨੂੰ ਚੁੱਕ ਕੇ ਬਾਹੋਂ ਗੱਲ ਲਾਇਆ ਔਰ ਮੈਨੂੰ ਇੰਨਾ ਪਿਆਰ ਦਿੱਤਾ, ਮਰੀ ਨੂੰ ਜਵਾਇਆ। ਮੈਂ ਇਹਨਾਂ ਨੇ ਬਹੁਤ ਹੌਸਲਾ ਦਿੱਤਾ, ਅੱਜ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। ਮੈਨੂੰ ਤੇ ਇੰਨਾ ਵੀ ਨਹੀਂ ਪਤਾ ਕਿ ਮੈਂ ਕਿੱਥੇ ਹਾਂ ਇਸ ਵੇਲੇ, ਪਰ ਮੈਂ ਇੰਨਾ ਮੈਨੂੰ ਪਤਾ ਹੈ ਕਿ ਮੈਂ ਰੱਬ ਦੇ ਕੋਲ ਹਾਂ, ਸਰਬਜੀਤ ਦੇ ਰੂਪ ਵਿੱਚ ਵਾਹਿਗੁਰੂ ਦੇ ਦਰਸ਼ਨ ਕੀਤੇ ਹਨ ਸਰਬਜੀਤ। ਉਹ ਕਹਿੰਦੇ ਹਨ ਰੱਬ ਦੇ ਦਰਸ਼ਨ ਨਹੀਂ ਹੁੰਦੇ, ਰੱਬ ਦੇ ਦਰਸ਼ਨ ਨਹੀਂ ਹੁੰਦੇ, ਪਰ ਮੈਂ ਕੀਤੇ ਨੇ। ਪਰ ਅੱਜ ਬਹੁਤ ਮੈਂ ਖੁਸ਼ ਵੀ ਹਾਂ ਔਰ ਮਨ ਦੁਖੀ ਵੀ ਬਹੁਤ ਹੈ, ਪਰ ਵਾਹਿਗੁਰੂ ਅੱਗੇ ਅਰਦਾਸ ਕਰਾਂਗੀ ਕਿ ਮੇਰੇ ਬੱਚੇ ਸਰਨਜੀਤ ਨੂੰ ਚੰਗੇ ਕਲਾ ਬਖਸ਼ੇ, ਵੱਡੀ ਵੱਡੀ ਉਮਰ ਕਰੇ ਔਰ ਖੁਸ਼ ਰੱਖੇ, ਸਦਾ ਖੁਸ਼ ਰਹੇ, ਤਰੱਕੀਆਂ ਮਾਨਣ, ਜਿਨ੍ਹਾਂ ਨੇ ਸਾਰੇ ਬੱਚਿਆਂ ਤੇ ਇੰਨੀ ਮਿਹਰ ਕੀਤੀ, ਕਿਰਪਾ ਕਰਦੇ ਨੇ, ਦੇਖਭਾਲ ਕਰਦੇ ਨੇ। ਮੈਂ ਇੱਕ ਮਾਂ, ਅੰਮ੍ਰਿਤਸਰ ਦੀ ਰਹਿਣ ਵਾਲੀ ਨਿਮਾਣੀ ਮਾਂ, ਦੁਖੀ ਮਾਂ, ਬੱਚਿਆਂ ਦੇ ਬੱਚਿਆਂ ਤੋਂ ਦੁਖੀ ਮਾਂ, ਤੁਹਾਡੇ ਕੋਲ ਬੈਠੀ ਹਾਂ। ਜੋ ਕਿ ਮੇਰੇ ਬੱਚੇ ਬਹੁਤ ਸਿਆਣੇ ਹੁੰਦੀਆਂ ਵੀ ਨਾ ਸਿਆਣੇ ਹੋ ਗਏ, ਮੇਰੇ ਮੈਂ ਕਹਿਣ ਨੂੰ ਦਿਲ ਵੀ ਨਹੀਂ ਕਰਦਾ, ਪਰ ਰਿਹਾ ਵੀ ਨਹੀਂ ਜਾਂਦਾ। ਮੇਰਾ ਬੱਚਾ ਇਸ ਵੇਲੇ ਅੰਮ੍ਰਿਤਸਰ ਚ ICU ਪੋਸਟ ਤੇ ਲੱਗਾ ਹੋਇਆ ਹੈ, ਪਰ ਮੇਰੀ ਨਾ ਪਰਵਾਹ ਕਰਦਿਆ ਹੋਇਆ ਮੈਨੂੰ ਪੁੱਛਦੇ ਵੀ ਨਹੀਂ, ਨੂੰ ਗੱਲ ਘੁੱਟਦੀ ਹੈ ਔਰ ਪੁੱਤ ਮਾਰਦਾ ਹੈ ਔਰ ਘਰ ਵਾਲਾ ਗੁਰਦੁਆਰੇ ਚਲੇ ਜਾਂਦੇ ਨੇ ਮੈਨੂੰ ਚਾਰ ਦੀਵਾਰੀ ਤੇ ਬੰਦ ਕਰਕੇ ਰੋਟੀ ਲੈ ਕੇ ਚਲੇ ਜਾਂਦੇ ਅਗਲੇ ਜਿਵੇਂ ਨੀ ਕਿਸੇ ਦੇ ਘਰ ਉੜਨ ਦਿੰਦੇ, ਕਹਿੰਦੇ ਮਰ ਜਾ ਤੂੰ ਮਰਦੀ ਨਹੀਂ ਇੰਨੇ ਸਾਲ ਦੀ ਹੋ ਗਈ। ਮੈਂ ਨਾ ਕੁਛ ਕਹਿੰਦੀ ਹੋਈ, ਹੱਥ ਜੋੜਦੀ ਰਹੀ, ਬੱਚੇ ਏਦਾਂ ਨਹੀਂ ਕਹੀਦਾ, ਬੱਚੇ ਏਦਾਂ ਨਹੀਂ ਕਹੀਦਾ, ਪਤਾ ਕਿਉਂ ਨਹੀਂ ਕਹੀਦਾ ਕਹੀਦਾ, ਨਾ ਮੈਨੂੰ ਕੋਈ ਪੁੱਛਦਾ ਹੀ ਨਾ ਕੋਈ ਆਉਂਦਾ ਹੀ ਦੇਖਣ, ਅਲੱਗ ਰਹਿੰਦੇ ਆ ਚਲੇ ਗਏ ਆਪਣੇ ਕੋਠੀ ਚ, ਪਰ ਨਹੀਂ ਆਏ ਨੋਬਤ ਨਹੀਂ ਆਏ। ਦੁੱਧ ਤੋਂ ਬਗੈਰ ਚਾਵਾਂ ਪੀਤੀਆਂ, ਮਿਹਨਤਾਂ ਕੀਤੀਆਂ, 10-10 ਰੁਪਏ ਦੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜ੍ਹਾਇਆ। ਅੱਜ ਮੈਂ ਅੱਜ ਮੇਰਾ ਬੇਟਾ ਐਡਾ ਵੱਡਾ ਅਫਸਰ ਹੋ ਗਿਆ, ਅੱਜ ਮੈਨੂੰ ਧੱਕਾ ਦਿੱਤਾ, ਮੇਰਾ ਬੇਟਾ ਹੀ ਅਰਜੀਤ ਹੈ, ਮੇਰਾ ਬੇਟਾ ਇਹੋ ਹੀ ਹੈ ਜਿਹਨੇ ਮੇਰੀ ਸੇਵਾ ਕੀਤੀ ਹੈ ਔਰ ਮੈਂ ਬਹੁਤ ਖੁਸ਼ ਹਾਂ। ਵਾਹਿਗੁਰੂ ਵਾਹਿਗੁਰੂ ਭਲਾ ਕਰੇ ਇਹਨਾਂ ਦਾ, ਬਹੁਤ ਬਹੁਤ ਭਲਾ ਕਰੇ ਵਾਹਿਗੁਰੂ ਇਹਨਾਂ ਦਾ, ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ, ਇਹਨਾਂ ਦਾ ਬਹੁਤ ਦਿਲ ਵੱਡਾ ਹੈ, ਰੱਬ ਹੈ, ਇਹ ਗੁਰੂ ਘਰ ਹੈ, ਇਸ ਤੋਂ ਵੱਡਾ ਘਰ ਕੋਈ ਨਹੀਂ ਮੈਂ ਦੇਖਿਆ, ਇੱਥੇ ਰੱਬ ਵੱਸਦਾ ਹੈ, ਰੱਬ ਵੱਸਦਾ ਹੈ। ਮੇਰੇ ਬੇਟਾ ਸਰਨਜੀਤ ਮੈਨੂੰ ਬਹੁਤ ਬਹੁਤ ਲਾਡਾ ਨਾਲ, ਮੈਨੂੰ ਪਿਆਰ ਨਾਲ, ਮੈਨੂੰ ਬੱਚਿਆਂ ਵਾਂਗੂ ਮਾਂ ਵਾਂਗੂ ਗੱਲ ਨਾਲ ਲਾ ਕੇ ਰੱਖਿਆ ਔਰ ਮੇਰੀ ਸੇਵਾ ਕੀਤੀ, ਅੱਜ ਵੀ ਮੈਨੂੰ ਬਹੁਤ ਪਿਆਰ ਨਾਲ
ਮੇਰੀ ਦੇਖਭਾਲ ਕਰਦੇ ਨੇ। ਅੱਜ ਮੈਂ ਬਹੁਤ ਖੁਸ਼ ਹਾਂ, ਠੀਕ ਹਾਂ। ਵਾਹਿਗੁਰੂ ਮੇਰੇ ਸਭ ਬੱਚਿਆਂ ਨੂੰ ਸਮਰਥ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।